ਪਿਛਲੇ ਦਿਨੀਂ ਅੰਮ੍ਰਿਤਸਰ ਸੁਲਤਾਨ ਪਿੰਡ ਵਿੱਚ ਹੋਏ ਔਰਤ ਦੇ ਕਤਲ ਦੇ ਬਾਅਦ ਪਰਿਜਨਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ। ਅੱਜ ਪਰਿਜਨਾਂ ਦੁਆਰਾ ਔਰਤ ਦੀ ਆਰਥੀ ਸੜਕ ਉੱਤੇ ਰੱਖ ਕੇ ਪੁਲਿਸ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪਰਿਜਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਦੀ ਮੌਤ ਦਾ ਜ਼ਿੰਮੇਵਾਰ ਉਸ ਦਾ ਸਹੁਰਾ ਪਰਿਵਾਰ ਹੈ, ਜਿਨ੍ਹਾਂ ਨੇ ਉਸ ਦਾ ਕਤਲ ਕਰਕੇ ਆਤਮ ਹੱਤਿਆ ਦਾ ਨਾਂ ਦੇ ਦਿੱਤਾ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ 304 ਦਾ ਪਰਚਾ ਦਰਜ ਕੀਤਾ ਗਿਆ। ਉਹਨਾਂ ਕਿਹਾ ਕਿ ਪਰਿਵਾਰ ਵਾਲਿਆਂ ਵੱਲੋਂ ਉਪ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਮੇਰਾ ਨਾਂ ਜੀ ਬਾਬਾ ਲੱਖਾ ਜੀ, ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਤੋਂ ਮੈਂ ਜੀ ਇਕਵਿੰਦਰ ਸਿੰਘ ਉਰਫ ਬਾਬਾ ਲੱਖਾ। ਮਸਲਾ ਜੀ ਇਹ ਸ਼ਨੀਵਾਰ ਤੋਂ ਨਾ ਇਹ ਕੁੜੀ ਅਸੀਂ ਇੱਥੇ ਸੁਲਤਾਨ ਪਿੰਡ ਵਿਆਹੀ ਸੀ ਜੀ, ਸ਼ਨੀਵਾਰ ਦੀ ਇਹਦੀ ਨਾ ਡੈੱਡ ਹੋ ਗਈ ਹੈ ਜੀ ਕੁੜੀ, ਅਤੇ ਇਹਨਾਂ ਪੁਲਿਸ ਵਾਲਿਆਂ ਨੇ ਨਾ ਸਾਨੂੰ ਕੱਲ੍ਹ ਪਰਸੋਂ ਦਾ ਨਾ ਸ਼ਿਦਾਈ ਬਣਾਇਆ ਜੀ, ਸਾਰੇ ਜਿੰਨੇ ਵੀ ਇੱਥੇ ਤੁਸੀਂ ਵੇਖ ਰਹੇ ਹੋ ਨਾ ਜੀ ਸਾਰਿਆਂ ਨੂੰ, ਕਦੀ ਕਹਿ ਦਿੰਦੇ ਆ ਫੜੇ ਗਏ ਬੰਦੇ, ਕਦੀ ਕਹਿ ਦਿੰਦੇ ਹਾਲੇ ਫੜੇ ਨਹੀਂ ਗਏ, ਅਤੇ ਇੱਕ ਬੰਦਾ ਹੀ ਇਹਨਾਂ ਫੜਿਆ ਜੀ, 3 ਦਿਨ ਤੋਂ ਤਾਂ ਉਹ ਹੀ ਵਾਰ ਵਾਰ ਸਾਨੂੰ ਦਿਖਾਈ ਜਾਂਦੇ ਆ, ਜਿਹੜੇ ਬਾਕੀ ਬੰਦੇ ਆ ਅਸ਼ਵਨੀ ਕੁਮਾਰ ਨੇ ਛੱਡਤੇ ਆ ਜੀ। 2 ਬੰਦੇ ਹੋਸਪਿਟਲ, ਇਹਨੇ ਸਾਨੂੰ ਪਹਿਲਾਂ ਕਿਹਾ ਕਿ ਬੰਦੇ ਮੈਂ ਨਾ ਉਹਦਾ ਬੀ ਪੀ ਵੱਧ ਗਿਆ ਸੀ, ਉਹ ਬੰਦੇ ਨੂੰ ਮੈਂ ਹੋਸਪਿਟਲ ਕੀਤਾ ਵਾ ਐਡਮਿਟ, ਅਤੇ ਅਸੀਂ ਇਹਦੇ ਕੋਲ ਕਿਹਾ ਉਹਨੂੰ ਕਿ ਸਾਨੂੰ ਤੂੰ ਜਰਾ ਦਿਖਾ ਵੀ ਕਿੱਥੇ ਆ ਤੇਰੇ ਕੋਲ ਬੰਦਾ, ਉਹ 2 ਬੰਦੇ ਕਿੱਥੇ ਆ, ਇਹ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਭੱਜ ਗਏ ਆ। ਹਾਂਜੀ, ਅਤੇ ਇਹ ਇਹਨੇ ਉਹਨਾਂ ਕੋਲ ਪੈਸੇ ਪੂਹੇ ਲਏ ਜੀ, ਅਤੇ ਇਹ 3 ਦਿਨ ਤੋਂ ਇਹ ਸਾਨੂੰ ਸਦਾਈ ਬਣਾਉਣ ਡਿਆ ਵਾ, ਅੱਜ ਵੀ ਅਸੀਂ ਸਵੇਰ ਤੋਂ 2 ਵਾਰੀ ਇਹਨਾਂ ਸਾਨੂੰ ਟਾਈਮ ਦੇ ਦਿੱਤਾ ਵਾ ਕਿ 12:30 ਬੰਦੇ ਆ ਜਾਣਗੇ ਅਸੀਂ ਲਿਆਵਾਂਗੇ ਚੁੱਕ ਕੇ, ਫਿਰ 2 ਵਜੇ ਦਾ ਟਾਈਮ ਦਿੱਤਾ ਜੀ, ਅਤੇ ਫਿਰ ਹਾਰ ਕੇ ਅਸੀਂ ਫਿਰ ਆਹ ਕੰਮ ਕੀਤਾ ਜੀ। ਕੁੜੀ ਕਿੰਨਾ ਘਰ ਵਿਆਹੀ ਅਤੇ ਕਿੰਨੀ ਦੇਰ ਹੋ ਗਈ? ਕੁੜੀ ਜੀ ਇੱਥੇ ਸੁਲਤਾਨ ਮੰਡੀ ਵਿਆਹੀ, ਇਹਨੂੰ 1.5 ਮਹੀਨਾ ਹੋਇਆ ਜੀ। ਸਾਡੀ ਮੰਗ ਹੈ ਜੀ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਅਤੇ ਕੜੀ ਤੋਂ ਕੜੀ ਸਜ਼ਾ ਮਿਲੇ। ਮੈਂ ਜਗਿੰਦਰ ਸਿੰਘ ਅਟਵਾਲ ਹੈ, ਕਨਵੀਨਰ ਪੰਜਾਬ ਸਟੇਟ ਕਾਂਗਰਸ ਦਾ। ਮਸਲਾ ਇਹ ਜੀ, ਇਹ ਪਰਸੋਂ ਤੋਂ ਲੈ ਕੇ ਸ਼ਨੀਵਾਰ ਤੋਂ ਇਹ ਜਿਹੜੀ ਡੈਡ ਬੋਡੀ ਅੱਜ ਇੱਥੇ ਰੱਖੀ ਪਈ ਆ ਤੁਸੀਂ ਦੇਖ ਰਹੇ ਹੋ, ਇਹ ਪੁਲਿਸ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਇਸ ਪਰਿਵਾਰ ਦੇ ਨਾਲ। ਇਸ ਸੰਬੰਧ ਦੇ ਵਿੱਚ ਅਸੀਂ ਪੁਲਿਸ ਨੇ ਸਾਨੂੰ ਵਾਰੀ 3-4 ਦਿਨ ਤੋਂ ਟਾਈਮ ਦੇਣ ਦੀ ਆ ਕਿ ਤੁਸੀਂ ਜੀ ਅੱਜ 12 ਵਜੇ ਦਾ ਟਾਈਮ ਦੇ ਦਿਓ ਜੀ, ਫਿਰ 2 ਵਜੇ ਦਾ ਟਾਈਮ ਦੇ ਦਿਓ ਜੀ। ਅੱਜ ਵੀ ਡੈੱਡ ਲਾਈਨ ਜਿਹੜੀ ਆ 2 ਵਾਰੀ ਖਤਮ ਹੋ ਗਈ ਜੀ। ਪਹਿਲਾਂ ਇਹਨਾਂ ਨੇ 12:30 ਵਜੇ ਕਿਹਾ ਸੀਗਾ ACP ਸਾਹਿਬ ਨੇ ਕਿ ਤੁਸੀਂ 12:30 ਵਜੇ ਤੱਕ ਜਿਹੜਾ ਵਾ ਉਹ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਤੁਸੀਂ ਰਹੋ। ਅਸੀਂ ਫਿਰ ਪਬਲਿਕ ਨੂੰ ਸ਼ਾਂਤ ਕੀਤਾ, ਉਸ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਜੀ, ਇਹ ਆਪਣਾ ACP ਸਾਹਿਬ ਦਾ ਫਿਰ ਫੋਨ ਆਇਆ ਜੀ, ਬੰਦੇ ਅਸੀਂ ਆਪਣੀ ਸਾਡੀ ਦੇਖਭਾਲ 'ਚ ਨੇ, ਅਸੀਂ ਉਹਨਾਂ ਨੂੰ ਲਿਆ ਰਹੇ ਹਾਂ, ਬੰਦਾ ਕੋਈ ਲੈ ਕੇ ਆ ਰਿਹਾ ਵਾ। ਮਸਲਾ ਇਹ ਹੈ ਜੀ ਕਿ ਜਿਹੜੇ ਬੰਦਿਆਂ 'ਤੇ ਪਰਚਾ ਦਰਜ ਹੋਇਆ 3 ਬੰਦਿਆਂ 'ਤੇ, ਅਸੀਂ ਚਾਹੁੰਦੇ ਹਾਂ ਕਿ ਉਹ ਬੰਦੇ ਜਿਹੜੇ ਗ੍ਰਿਫਤਾਰ ਹੋਣ। ਇੱਕੋ ਬੰਦਾ ਇਹਨਾਂ ਨੇ ਗ੍ਰਿਫਤਾਰ ਕੀਤਾ ਆ ਜਿਹੜਾ ਕੱਲ੍ਹ ਸੀਗਾ, ਆਪਣਾ ਪਰਸੋਂ ਰਾਤ ਇਹਨਾਂ ਨੇ ਬੰਦਾ ਫੜਿਆ ਸੀਗਾ, 2 ਜਿਹੜਾ ਉਹ ਲੜਕੀ ਦਾ ਹਸਬੈਂਡ ਆ ਔਰ ਉਹਦਾ ਜਿਹੜਾ ਸਹੁਰਾ ਆ ਉਹ ਅਸ਼ਵਨੀ ਕੁਮਾਰ ASI ਜਿਹੜਾ ਇੱਥੇ ਸੁਲਤਾਨ ਪਿੰਡ ਆ, ਉਹਨੇ ਮੇਰੇ ਕੋਲ ਰਿਕਾਰਡਿੰਗ ਹੈਗੀ ਆ, ਮੈਂ ACP ਸਾਹਿਬ ਨੂੰ CP ਸਾਹਿਬ ਨੂੰ ਸਾਰਿਆਂ ਨੂੰ ਉਹਦੀ ਰਿਕਾਰਡਿੰਗ ਭੇਜੀ ਹੈ, ਜੇ ਕਹੋ ਮੈਂ ਤੁਹਾਨੂੰ ਵੀ ਦੇ ਦਾਂਗਾ। ਉਹਦੇ ਵਿੱਚ ਉਹ ਕਹਿ ਰਿਹਾ ਸੀਗਾ ਕਿ ਮੈਂ ਉਹਨਾਂ ਬੰਦਿਆਂ ਨੂੰ, ਉਹਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ, ਉਹਨੂੰ ਮੈਂ ਹੋਸਪਿਟਲ ਦਾਖਲ ਕਰਵਾਇਆ ਸਿਵਲ ਹੋਸਪਿਟਲ। ਅਸੀਂ ਕਿਹਾ ਸਾਡੀ ਤਸੱਲੀ ਕਰਵਾ ਦਿਓ, ਸਾਨੂੰ ਤੁਸੀਂ ਦਿਖਾ ਦਿਓ ਅਤੇ ਅਸੀਂ ਚਲੇ ਜਾਵਾਂਗੇ। ਉਸ ਤੋਂ ਬਾਅਦ ਉਹ ਕਹਿਣ ਲੱਗਾ ਜੀ ਵੱਡੇ ਅਫਸਰਾਂ ਨੂੰ ਪਤਾ, ਮੈਨੂੰ ਪਤਾ ਨਹੀਂ ਬੰਦਾ ਕਿੱਥੇ ਚਲਾ ਗਿਆ। ਇਹ ਲੁਕਣ ਮਿੱਚ ਹੀ ਖੇਡ ਰਹੇ ਆ ਪੰਜਾਬ ਪੁਲਿਸ ਵਾਲੇ ਅਤੇ ਪਬਲਿਕ ਨੂੰ ਜਿਹੜਾ ਪਰੇਸ਼ਾਨ ਕਰ ਰਹੇ ਆ। ਬੋਡੀ ਜਿਹੜੀ ਆ ਉਹ ਅੱਜ ਪੋਸਟਮਾਰਟਮ ਹੋ ਕੇ ਆ ਗਈ ਆ, ਸਾਨੂੰ ਇਹਨਾਂ ਨੇ 1-2 ਵਾਰੀ ਜਿਹੜਾ ਟਾਈਮ ਦਿੱਤਾ ਸੀਗਾ ਉਹ ਟਾਈਮ 'ਤੇ ਪੁਲਿਸ ਨੇ ਜਿਹੜਾ ਉਹ ਕੀਤਾ ਨਹੀਂ। ਉਸ ਤੋਂ ਬਾਅਦ ਅਸੀਂ ਜਿਹੜਾ ਮਜਬੂਰ ਹੋ ਗਏ ਇੱਥੇ ਰੋਡ 'ਤੇ ਬੈਠੇ ਹਾਂ, ਅਸੀਂ ਉਦੋਂ ਤੱਕ ਬੈਠਾਂਗੇ ਜਦ ਤੱਕ ਜਿਹੜੇ 3 ਬੰਦੇ ਗ੍ਰਿਫਤਾਰ ਨਹੀਂ ਹੁੰਦੇ। ਡੈਥ ਹੋਈ ਸੀ ਹਰਮਨਜੀਤ ਕੌਰ ਨਾਂ ਦੀ ਹੈ ਜੀ, 19 ਸਾਲ ਦੀ ਉਮਰ, 2 ਮਹੀਨੇ ਉਹਦੀ ਮੈਰਿਜ ਨੂੰ ਹੋਈ ਸੀ। ਉਸ ਸੰਬੰਧ ਵਿੱਚ FIR ਨੰਬਰ 6603 B ਦੇ ਤਹਿਤ ਦਰਜ ਕੀਤੀ ਸੀ ਸਾਨੂੰ ਸੁਲਤਾਨ ਵਿੱਚ, 3 ਦੋਸ਼ੀਆਂ ਦੇ ਬਰਖਿਲਾਫ਼ ਦਰਜ ਕੀਤੀ।
ਹੋਈ ਆ। ਉਹਦੇ ਘਰ ਵਾਲਾ ਲਵਜੀਤ ਸਿੰਘ, ਜੋਰ ਸਰਬਜੀਤ ਸਿੰਘ ਅਤੇ ਰਣਜੀਤ ਸਿੰਘ, ਇਹ ਉਹਦੇ ਵਾਰਸ ਆਏ ਨੇ ਥਾਣੇ ਦੇ ਵਿੱਚ ਲੜਕੀ ਦੇ। ਉਹ ਕਹਿੰਦੇ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਵੇ। ਮੈਂ ਇਹਨਾਂ ਨੂੰ ਸਮਝਾਇਆ, ਗੱਲ ਵੀ ਕੀਤੀ ਵੀ ਆਪਾਂ ਛੇਤੀ ਤੋਂ ਛੇਤੀ ਹੋ ਸਕਦਾ ਸ਼ਾਮ ਤੱਕ ਹੀ, ਜਾਂ ਉਸ ਤੋਂ ਪਹਿਲਾਂ ਜਾਂ ਛੇਤੀ ਤੋਂ ਛੇਤੀ ਆਪਾਂ ਉਹਨੂੰ ਅਰੈਸਟ ਕਰ ਲਵਾਂਗੇ। ਜੋ ਵੀ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਅੱਜ ਹੋਇਆ, ਪੋਸਟਮਾਰਟਮ ਦੀ ਰਿਪੋਰਟ ਸਾਨੂੰ ਮਿਲੀ ਹੋਈ ਹੈ। ਤੁਸੀਂ ਮੁਜਰਮ ਜਿਹੜੇ ਨੇ ਉਹ ਅਰੈਸਟ ਕਰ ਦਿੱਤੇ ਗਏ ਨੇ, ਇੱਕ ਰਹਿ ਗਿਆ? ਨਹੀਂ, ਅਜੇ ਅਰੈਸਟ ਕੋਈ ਨਹੀਂ ਕੀਤਾ, ਕਰ ਲਵਾਂਗੇ। ਇਹਨਾਂ ਨੂੰ ਵਿਸ਼ਵਾਸ ਆਪਾਂ ਤੋੜ ਲਏ ਵੀ ਆਪਾਂ ਸ਼ਾਮਾਂ ਤੱਕ ਜਾਂ ਥੋੜ੍ਹਾ ਫਰਕ ਹੋ ਜਾਂਦਾ, ਉੱਥੋਂ ਕਰਕੇ ਛੇਤੀ ਛੇਤੀ ਅਰੈਸਟ ਕਰ ਲਵਾਂਗੇ। ਕੀ ਡਿਮਾਂਡ ਕੀ ਇਹਨਾਂ ਦੀ? ਇਹਨਾਂ ਦੀ ਮੁਲਜ਼ਮ ਗ੍ਰਿਫਤਾਰੀ ਦੀ ਡਿਮਾਂਡ ਹੈ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਹੈ? ਸਾਡੇ ਵੱਲੋਂ ਰੇਡ ਕੀਤੇ ਜਾ ਰਹੇ ਨੇ ਜੀ, ਮੁਲਜ਼ਮਾਂ ਦੇ ਘਰਾਂ 'ਚ ਮੁਲਜ਼ਮ ਅੱਗੇ ਪਿੱਛੇ ਹੋਏ ਪਏ ਨੇ। ਪਰਸੋਂ ਦੀ ਇੰਸੀਡੈਂਟ ਆ, ਫਿਰ ਵੀ ਆਪਾਂ ਤਾਂ ਵਿਸ਼ਵਾਸ ਦਿਵਾਉਂਦੇ ਇਹਨਾਂ ਨੂੰ, ਉਹਨਾਂ ਨੂੰ ਜਲਦੀ ਜਲਦੀ ਅਰੈਸਟ ਕਰੀ ਕਿ ਧਾਰਨਾ 304 ਦੇ ਤਹਿਤ ਪਰਚਾ ਦਰਜ ਹੋਇਆ ਜੀ। 304 ਵੀ ਆਈ।